हाँ जी अच्छा अच्छा नहीं आवांगे जरूर। हाँ जी हाँ जी हाँ जी हाँ जी उधर तो छुट्टी है। हाँ जी बस वधिया। नहीं सर जी हजे गए नहीं होना ब्याह जे विच हले उधर नूं भज्जी फिरन दे ते तां करके समान समून लिआउणा लाए फिर ओह हुण वेहले हो के फिर ही जाने हो उदां मैं कह नहीं इहनां नूं मैं करी फोन करके पुछ लैंदे आ वी कित्थे के बहिंदे जां किद्दां। अच्छा अच्छा ओह बिशन मैनूं उधर दा नहीं पता मैनूं उत्थों दा पता जे जिथे ओह ਲੇਮਾ ਤੱਕੀ ਵੀ ਲੰਗਰ ਹਾਲ ਲੱਗੇ ਹੈਗਾ ਨੇ ਕਮਿਸ਼ਨ ਗੁਰੂ ਅੰਗਦ ਦੇਵ। ਵੈਰੋਵਾਲ ਨੂੰ ਸੜਕ ਜਾਂਦੀ ਹੈ ਜਿਹੜੀ? ਹਾਂਜੀ ਵੈਰੋਵਾਲ ਨੂੰ ਜਾਂਦੀ ਸੜਕ ਦਾ ਪਤਾ ਹੈ? ਹਾਂਜੀ ਹਾਂਜੀ ਸਰਕਾਰੀ ਸਕੂਲ ਜਿਹੜਾ ਗਾਂ ਲੰਘ ਕੇ ਮੋੜ ਮੋੜ ਕੇ ਵੈਰੋਵਾਲ ਵਾਲੀ ਸੜਕ ਨੂੰ ਜਦੋਂ ਪੈ ਜੀ ਨਾ ਤਾਂ ਨੂੰ ਮੁੜੀ ਜਾ ਤੇ ਖੱਬੇ ਹੱਥ ਸੱਜੇ ਹੱਥ ਪਹਿਲਾਂ ਹੀ ਹਸਪੀਟਲ ਹੀ ਜਾਓ। ਅੱਛਾ ਅੱਛਾ ਤਾਂ ਨੂੰ ਅੰਦਰ ਨੂੰ ਹੋ ਕੇ ਨਾ ਵੈਰੋਵਾਲ ਵਾਲੀ ਸੜਕੇ ਕਰਕੇ ਤੇ ਨਾਲ ਹੀ ਸੱਜੇ ਹੱਥ ਹਾਂਜੀ ਹਸਪੀਟਲ ਸ਼ੁਰੂ ਹੋ ਜਾਂਦਾ। ਅੱਛਾ ਅੱਛਾ ਬਸ ਉੱਥੇ ਦਾਓ ਠੀਕ ਆ ਆਣਾ ਹੋ ਜਾਣਾ 25 ਤਰੀਕ ਨੂੰ ਵੇਲੇ ਤੇ ਫਿਰ ਜਾਵਾਂਗੇ। ਆਹੋ ਜਾਂ ਚੱਲੇ ਆ ਰਹੇ ਵੀ ਹੁੰਦਾ ਵਾ ਹਾਂਜੀ ਪਤਾ ਕਰ ਲਿਓ ਨਾ ਜੇ ਤੁਸੀਂ ਘਰੇ ਘਰੇ ਮੇਰਾ ਫੀਸ ਫੂਸ ਲੈਂਦਾ ਕਾਫੀ ਤੇ ਉੱਥੇ ਫੀਸ ਫੂਸ ਨਹੀਂ ਲੈਂਦਾ ਸਰਕਾਰੀ ਫੀਸ ਨਹੀਂ ਆਉਂਦੇ ਨਹੀਂ ਉੱਥੇ ਫਿਰ ਹਾਂ ਪਰਚੀ ਪੁਰਚੀ ਲੈਂਦੇ ਉਹ ਸੁਵਿਧਾ। ਅੱਛਾ ਅੱਛਾ ਤੇ ਬਾਕੀ ਵੀ ਟੈਸਟ ਉਸ ਤੋਂ ਨੇ ਜਿਹੜੇ ਕਰਾਉਣੇ ਆ ਫਿਰ ਟੈਸਟ ਕਰਵਾ ਕੇ ਫਿਰ ਉਹਦੇ ਜੇ ਹੈਗੇ ਤੇ ਨਾਲ ਲੈ ਜਾ। ਨਹੀਂ ਹੈਗੇ ਟੈਸਟ ਦੀ ਉਹਦਾ ਪਿੱਛੇ ਜੇ ਕਰਾਏ ਹੀ ਆ ਉਹ ਵੀ ਲੈ ਜੀ ਉਹਨਾਂ ਨਾਲ ਉਹਨੇ ਆਪਣੇ ਸਮਝਣਾ ਵੇਖਣਾ ਅੱਛਾ ਅੱਛਾ लगिया लागे। हां जी बड़ी होन दी है किन्ने दिन हो गए हुण ते मुकणे नहीं गई पहला तो दो दिन विच लग गए धुप्पां हुण धुप्पां वी नहीं लगन दियां। सारे आंदे बलजीत होनी ठीक है नहीं कोई नहीं आवांगे जरूर। हां ठीक है हां जी ठीक। ब्लीच जेड़ी मेरे लगी बड़ा ते तकरीबन आपा 10 का मिनट ही ब्लीच रखी ते फिर फेस साफ करता ते फर्क पै गया है तो ब्लीच लाउन तो बाद देखो हां तो मुंह लगदा मैं लथी कि नहीं लथी। रवि आ के लगे लाउन ਇਹ ਆਪਾਂ ਲੱਗੇ ਆ ਬ੍ਰਾਈਡਲ ਫੇਸ਼ੀਅਲ ਕਰਨ O3 ਪਲੱਸ ਦਾ ਵਾ ਇਹ ਵਾਲਾ ਸਭ ਤੋਂ ਬੈਸਟ ਆਗਾ ਇਹ ਬ੍ਰਾਈਡਲ ਵਾਸਤੇ ਅਗਰ ਟੈਨਿੰਗ ਟੂਨਿੰਗ ਹੋਵੇ ਨਾ ਇੰਨਾ ਬੜੀ ਵਧੀਆ ਹੁੰਦੀ ਹੈਗਾ ਇਹ ਟਾਈਮ ਲੰਬਾ ਲੱਗਦਾ ਇਹਨੂੰ ਮਤਲਬ ਘੱਟ ਤੋਂ ਘੱਟ 1 ਘੰਟਾ ਲੱਗ ਜਾਂਦਾ ਜੀ ਪਰ ਇਹ ਰਿਜ਼ਲਟ ਬੜਾ ਵਧੀਆ ਹੁੰਦਾ। ਆ ਗਈ ਹੁਣ ਲਾਉਣਗੇ ਲੱਗੇ ਆਪਾਂ ਕਰੀਮ ਇਹ ਆਪਾਂ ਲੱਗੇ ਕਲੀਨਜ਼ਰ ਵਿਟਾਮਿਨ ਸੀ ਦਾ ਕਲੀਨਜ਼ਰ ਲਾਉਣਗੇ ਵਿੱਚ ਨਾ ਰਾਵੀ ਦੇ ਸਰ ਦਾ ਆ ਗਿਆ ਫੋਨ ਇਨਵਾਈਟ ਕੀਤਾ ਉਹਨਾਂ ਨੇ ਉਹ ਉਹਨਾਂ ਦੇ ਸਕੂਲ ਪਤਾ ਨਹੀਂ ਕੋਈ ਟੂਰਨਾਮੈਂਟ ਹੈਗਾ ਵਾ ਪਿੰਡ ਕਿਹੜਾ ਪਿੰਡ ਪਿੰਡ ਦੀਨੇਵਾਲ ਕੰਗ ਦੀਨੇਵਾਲ ਕੰਗ ਸ਼੍ਰੀ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਉੱਥੇ ਰਾਵੀ ਨੇ ਨਾਂ ਦੱਸਤਾ ਤੇ ਰਾਵੀ ਦੇ ਸਰ ਦਾ ਆ ਗਿਆ ਫੋਨ ਉਹ ਕਹਿੰਦੇ ਵੀ ਆਇਓ ਜ਼ਰੂਰ ਇੱਕ ਕਰਕੇ ਆਪਾਂ ਵੀਡੀਓ ਥੋੜੀ ਜੀ ਲੰਬੀ ਹੋ ਗਈ ਤੇ ਕੋਈ ਗੱਲ ਨਹੀਂ ਆਪਾਂ ਕਰ ਪਾਏ ਵਿੱਚ ਕਿਉਂਕਿ ਫੋਨ ਤੇ ਗੱਲ ਕਰਦੀ ਵੀ ਹੀ ਰਾਵੀ ਇਸ ਕਰਕੇ ਰਵੀ ਇਹਨੂੰ ਕਿੰਨਾ ਟਾਈਮ ਆਪਾਂ ਰਗੜਨਾ ਯਾਰ ਇਹਨੂੰ ਆਪਾਂ ਕਰੀ ਜਾਣਾ ਇੱਕ ਜਾਣੇ ਦਾ ਇੱਕ ਟਾਈਮ ਤੇ ਹੀ ਇੱਕ ਜਾਣੇ ਦਾ ਹੁੰਦਾ
ਅੱਛਾ ਨਹੀਂ ਆ ਆ ਜਿਹੜਾ ਆਪਾਂ ਕਰੀਮ ਜਿਹੜੀ ਲਾਉਣੇ ਆ ਇਹਨੂੰ ਕਿੰਨਾ ਕੁ ਮਿੰਟ 5 ਕੁ ਮਿੰਟ ਇਹਨੂੰ ਲਾਉਣੇ ਆਪਣਾ ਬੈਸਟ ਹੈ ਜਿੰਨਾ ਟਾਈਮ ਆਪਾਂ ਮਸਾਜ ਕਰ ਸਕਦੇ ਵਧੀਆ ਗੱਲ ਆ ਅੱਛਾ ਅੱਛਾ ਤੇ ਕੱਲ ਨਹਾਉਣਾ ਨਹੀਂ ਫਿਰ ठंड जिन्नी मर्जी हो नहाना पर नहाती नहीं ना लथने कि नहाती भांडे मांजे आटा गन्या किन्ने काम किते मैट वाली वाटरप्रूफ ठीक है ਇਨੇ ਨੂੰ 5 ਮਿੰਟ ਲੱਗਨੇ ਕਰਨਾ ਬੜਾ ਔਖਾ ਕਿ ਮੁੰਡੇ ਦੀ ਦਾੜੀ ਹੁੰਦੀ ਵਿੱਚ ਹੀ ਸਾਰਾ ਕੁਝ ਤੇ ਉਹ ਹੁੰਦਾ ਨਹੀਂ ਮਸਾ ਬੜਾ ਵਧੀਆ ਠੀਕ ਹੈ ਚਲੋ ਠੀਕ ਹੈ ਆ ਇਹਨੂੰ ਹੁਣ 5 ਮਿੰਟ ਲੱਗਨੇ ਸਟੈਪ ਨੂੰ ਕਲੀਨਜ਼ਰ ਨੂੰ ਤੇ ਇਹਨਾਂ ਦਾ ਵਜਨ ਬੋਲ ਬੰਦਾ ਹੰਡਾ ਭਾਰੀ ਇਹਨੂੰ 5 ਮਿੰਟ ਇਹਦੀ ਮਸਾਜ ਕਰਨੀ ਹੈ ਤੇ ਚਲੋ ਜੀ ਇਹਦੇ ਵੀ ਆਪਾਂ 5 ਮਿੰਟ ਮਸਾਜ ਕਰ ਲਈਏ ਤੇ ਫਿਰ ਉਸ ਤੋਂ ਬਾਅਦ ਮਿਲਦੇ ਆ ਤੇ ਆ ਵਿੱਚ ਕੀ ਲਾਈ ਜਾਂਦੇ ਗੁਲਾਬ ਜਲ ਗੁਲਾਬ ਜਲ ਵਿੱਚ ਲਾਈ ਜਾਣਾ ਜਿਉਂ ਜਿਉਂ ਕਰੀਮ ਥੋੜੀ ਜਿਹੀ ਸੁੱਕੀ ਜਾਵੇ ਉਹਨੂੰ ਆਪਾਂ ਪਤਲੀ ਕਰੀ ਜਾਣੀ ਠੀਕ ਆ ਜੀ ਇਸ ਤੋਂ ਬਾਅਦ ਵੇਖਦੇ ਆਪਾਂ ਤੀਜਾ ਸਟੈਪ ਕਿਹੜਾ ਹੁੰਦਾ ਇਹ ਆਪਣਾ ਦੂਜਾ ਸਟੈਪ ਸੀ